ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਸ ਸ਼ਿਲੌਂਗ ਦੇ ਜਿਹੜਾ ਭਾਈ ਜੋ ਹੋ ਰਿਹਾ ਸ਼ਿਲੌਂਗ ਦੇ ਵਿੱਚ, ਉਹਦੀ ਮਾੜੀ ਆਪਦੇ ਦੇਣਾ ਚਾਹੁੰਦੇ ਹਾਂ, ਕਿਉਂਕਿ ਤੁਹਾਨੂੰ ਪਤਾ ਸਿਚੁਏਸ਼ਨ ਬਦਲੀ ਜਾਂਦੀ ਆ ਅਤੇ ਕਈ ਵਾਰੀ ਕਈ ਫੇਕ ਨਿਊਜ਼ ਵੀ ਬਹੁਤ ਪਾਈ ਜਾਂਦੇ ਆ, ਵਿੱਚ ਬਹੁਤ ਗਲਤ ਆ ਭਾਈ, ਆਹ ਹੋ ਗਿਆ ਉਹ ਹੋ ਗਿਆ। ਪਿਛਲੇ 2-3 ਦੇ ਵਿੱਚ ਕਾਫੀ 1-2 ਪੋਸਟ ਪਾਏ ਜਿਹੜੇ ਭਾਈ ਅਸਲੀ ਨਹੀਂ ਨਿਕਲੇ। ਸੋ ਜੋ ਸ਼ਿਲੌਂਗ ਵਿੱਚ ਹੋ ਰਿਹਾ ਸਾਨੂੰ ਸਾਰਿਆਂ ਨੂੰ ਦੁੱਖ ਆ, ਪਰ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ 2-3 ਹਫ਼ਤੇ ਪਹਿਲਾਂ ਵੀ ਕਿਹਾ ਸੀਗਾ, ਕਿਉਂਕਿ ਇਹ ਜਿਹੜੀ ਗੱਲ ਹੈ ਕਾਨੂੰਨੀ ਤੌਰ ਦੇ ਉੱਪਰ ਹੀ ਅਸੀਂ ਚੱਕ ਸਕਦੇ ਹਾਂ, ਇਹ ਸਾਰਾ ਕੁਛ ਅਸੀਂ ਕਾਨੂੰਨੀ ਤੌਰ 'ਤੇ ਇਹਨੂੰ ਲਿਜਾ ਕੇ ਗੱਲ ਜੋ ਚੱਲ ਰਹੀ ਆ ਨਾ। ਅਸੀਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਮੈਂ ਕਾਫੀ ਕਿਹਾ ਸੀ ਤੁਹਾਨੂੰ ਮੈਂ ਭਈ, ਉੱਥੇ ਸਾਨੂੰ ਜਿਹੜੇ ਭਈ ਗੁਰਜੀਤ ਸਿੰਘ ਹੋਣੀ ਆ ਜਿਹੜੇ ਭਈ ਮੁਖੀ ਆ ਉਸ ਇਲਾਕੇ ਦੇ, ਉਹਨੇ ਆਪ ਕਿਹਾ ਵੀ ਸਾਨੂੰ ਲੰਗਰ ਸਾਰਾ ਕੁਛ ਠੀਕ ਆ, ਪਰ ਸਾਨੂੰ ਕਾਨੂੰਨੀ ਤੌਰ 'ਤੇ ਮਦਦ ਚਾਹੀਦੀ ਆ। ਉਹ ਅਸੀਂ 2-3 ਹਫ਼ਤੇ ਤੁਹਾਨੂੰ ਬ੍ਰੋਡਕਾਸਟ ਕਰਕੇ ਪਹਿਲਾਂ ਅਸੀਂ ਆਪਣੇ ਵਕੀਲ ਦਿੱਲੀ ਤੋਂ ਭੇਜੇ ਸੀਗੇ, 2 ਵਕੀਲ ਜਿਹੜੇ ਸਾਨੂੰ ਖਾਸ ਜਾਣਦੇ, ਉਹਨੇ ਬਹੁਤ ਕਾਰਵਾਈ ਕੀਤੀ, ਪੇਪਰ ਵੀ ਦੇਖੇ ਭਈ ਜੋ ਪੇਪਰ ਦਾ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ। ਕਈ ਪੇਪਰ ਤੁਹਾਨੂੰ ਪਤਾ ਪੇਪਰ ਕਿੱਦਾਂ ਭਰਨੇ ਪੈਂਦੇ, ਫੋਰਮ ਕਿੱਦਾਂ ਭਰਨੇ ਪੈਂਦੇ, ਅਤੇ ਨਾਅਰਿਆਂ ਨਾਲ ਕੁਛ ਬਣਦਾ ਨੀਗਾ, ਅਤੇ ਜੇ ਮੈਂ ਘੜੀ ਘੜੀ ਪੋਸਟ ਪਾਈ ਜਾਵਾਂ ਉਹਨਾਂ ਨੂੰ ਕੁਛ ਬਣਦਾ। ਅਸਲੀਅਤ ਇਹ ਹੀ ਆ, ਪੈੱਨ ਅਤੇ ਪੇਪਰ ਨਾਲ ਹੀ ਬਣਨਾ। ਤਾਂ ਇਹ ਜਿਹੜੇ ਹੁਣ ਅਸੀਂ 2-3 ਹਫ਼ਤੇ ਜਿਹੜੇ ਅਸੀਂ ਪਹਿਲਾਂ ਵਕੀਲ ਉਹ 3-4 ਦਿਨ ਉੱਥੇ ਰਹਿ ਕੇ ਆਏ, ਉਹ ਸਾਰਾ ਕੁਝ ਦੇਖਿਆ, ਉਹਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹਨੇ ਫੋਰਮ ਦੇਖੇ ਕੀ ਲੋੜ ਆ, ਕਈ ਲੋੜ ਇਹਨਾਂ ਦਾ ਕੇਸ ਕੀ ਆ, ਵੀ ਜਿਹੜੇ ਸਿੱਖ ਉੱਥੇ ਰਹਿ ਰਹੇ ਆ ਸ਼ਿਲੌਂਗ ਦੇ ਵਿੱਚ ਉਹਨਾਂ ਦਾ ਕੇਸ ਕੀ ਆ। ਉਹ ਫਿਰ ਹੁਣ ਕੇਸ ਦਿੱਲੀ ਤੋਂ ਸਾਰਾ ਕੁਛ ਹੁਣ ਸਲਾਹ ਦੇ ਰਿਹਾ ਭਾਈ ਗੁਰਜੀਤ ਸਿੰਘ ਨੂੰ ਭਈ ਕਿੱਦਾਂ ਨੈਕਸਟ ਸਾਡਾ ਕਦਮ ਕੀ ਆ ਅਤੇ ਅਗਲਾ ਕਦਮ ਕੀ, ਕਿਉਂਕਿ ਅਸੀਂ ਘੜੀ ਘੜੀ ਪੋਸਟ ਨਹੀਂ ਪਾਉਂਦੇ, ਨਾ ਰੌਲਾ ਪਾਈ ਜਾਂਦੇ, ਨਾ ਤੁਹਾਤੋਂ ਪੈਸੇ ਮੰਗਦੇ, ਲੰਗਰ ਖੁੱਲ੍ਹ ਨਾ ਕਰਨਾ, ਇਹਦਾ ਮਤਲਬ ਇਹ ਨਹੀਂ ਭਈ ਸਾਨੂੰ ਦੁੱਖ ਨਹੀਂ, ਚੁੱਪ ਕਰਕੇ ਬੈਠੇ ਹਾਂ। ਅਸੀਂ ਹਰ ਵਾਰੀ ਸੋਚ ਸਮਝ ਕੇ ਕਦਮ ਚੱਕੀ ਦਾ ਭਈ ਕਿੱਦਾਂ ਚੱਕਣਾ। ਸੋ ਦੁੱਖ ਸਾਨੂੰ ਸਾਰਿਆਂ ਨੂੰ ਹੈਗਾ ਜੋ ਹੋ ਰਿਹਾ, ਪਰ ਅਸੀਂ ਆਪਣੇ ਵੱਲੋਂ ਕਰ ਕੀ ਸਕਦੇ ਹਾਂ। ਉੱਥੇ ਜਾ ਕੇ ਫੌਜ ਲੈ ਕੇ ਜਾ ਸਕਦੇ ਹਾਂ, ਉੱਥੇ ਜਾ ਕੇ ਅਸੀਂ ਕੋਈ ਪੁਲਿਸ ਨਾਲ ਝਗੜਾ ਕਰ ਸਕਦੇ ਹਾਂ ਜਾਂ ਗੌਰਮੈਂਟ ਝਗੜਾ ਕਰ ਸਕਦੇ, ਉੱਥੇ ਹੱਥ ਬਹਿਰੀ ਹੋ ਸਕਦੇ, ਹੈਗਾ ਤੁਹਾਨੂੰ ਸੋਚਣ ਦੀ ਗੱਲ। ਜੇ ਇਹਨਾਂ ਦੀ ਸੰਗਤ ਦਾ ਸ਼ਿਲੌਂਗ ਵਾਲਿਆਂ ਦਾ ਜਿਹੜਾ ਇਹ ਕਹਿੰਦੇ ਵੀ ਸਾਡੇ ਕੋਲ ਕੇਸ ਬਹੁਤ ਤਕੜਾ ਆ ਜ਼ਮੀਨ ਦਾ, ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਸੀ ਇਹ ਗੱਲਾਂ ਪਹਿਲਾਂ ਵੀ ਬਹੁਤ ਚਿਰ ਦੀਆਂ ਚੱਲਦੀਆਂ, ਅੱਜ ਦੀਆਂ ਨਹੀਂ ਨਾ ਪਿਛਲੇ ਹਫ਼ਤੇ ਨਾ ਪਿਛਲੇ ਮਹੀਨੇ ਦੀਆਂ, ਪਰ ਇਹਨਾਂ ਦੀ ਕੇਸ ਇਹਨਾਂ ਦਾ ਕਿਸੇ ਨੇ ਹੱਥ ਨਹੀਂ ਫੜਿਆ। ਸੋ ਚੰਗਾ ਹੋਇਆ ਭਈ ਜਿਹੜੇ ਸਾਡੇ ਹੁਣ ਵੱਡੀਆਂ ਜਥੇਬੰਦੀਆਂ ਜਾ ਕੇ ਆਈਆਂ ਉੱਥੇ, ਸਪੈਸ਼ਲੀ ਜਿੱਦਾਂ ਪੀ ਐੱਸ ਜੀ ਵੀ ਜੀ ਜਾ ਕੇ ਆਈਆਂ, ਪਰ ਜਾਣ ਦਾ ਇੱਕ ਹੋਰ ਹੁੰਦਾ ਅਤੇ ਫੋਲੋਅਪ ਹੁੰਦਾ ਦੂਜਾ, ਵੀ ਫੋਲੋਅਪ ਵੀ ਕਰੋ ਇਹਨਾਂ ਨੂੰ, ਇਹਨੂੰ ਫੋਲੋਅਪ ਕਿੱਦਾਂ ਕਰਨਾ ਭਈ, ਹੁਣ ਤੁਹਾਡਾ ਨੈਕਸਟ ਕਦਮ ਕੀ, ਅਗਲਾ ਕਦਮ ਕੀ ਹੋਊਗਾ, ਕਾਨੂੰਨੀ ਕਦਮ ਚਾਹੀਦਾ ਸਾਨੂੰ ਵੀ ਕਾਨੂੰਨੀ ਤੌਰ 'ਤੇ ਅਸੀਂ ਕਿੱਦਾਂ ਮਦਦ ਕਰ ਸਕਦੇ। ਉਹ ਗੱਲ ਸਾਡੀ ਟੀਮ ਜਿਹੜੀ ਆ ਦਿੱਲੀ ਵਾਲੇ ਵਕੀਲ ਆ ਬਹੁਤ ਚੜ੍ਹਦੀ ਕਲਾਂ ਭਾਈ ਸਾਹਿਬ ਆ, ਸਾਨੂੰ ਜਾਣਦੇ, ਸਾਨੂੰ ਪਰਸਨਲੀ ਜਾਣਦੇ। ਪਹਿਲਾਂ 2-3 ਹਫ਼ਤੇ ਪਹਿਲਾਂ ਭਾਈ ਫੁਲਕੇ ਸਾਹਿਬ ਨਾਲ ਸਾਡੀ ਗੱਲ ਹੋਈ ਸੀ, ਫੁਲਕਾ ਸਾਹਿਬ ਨੇ ਹੀ ਗੱਲ ਕੀਤੀ ਇਹਨਾਂ ਵਕੀਲਾਂ ਨਾਲ ਜਿਹੜੇ ਸਾਨੂੰ ਵੀ ਜਾਣਦੇ ਆ, ਭਾਈ ਅਮਰਪ੍ਰੀਤ ਸਿੰਘ ਜਿਹੜੇ ਸਾਡੇ ਇੰਡੀਆ ਦੇ ਅਤੇ ਹੁਣ ਸਾਊਥ ਏਸ਼ੀਆ ਅਤੇ ਏਸ਼ੀਆ ਪੈਸੀਫਿਕ ਦੇ ਡਾਇਰੈਕਟਰ ਆ, ਉਹਨਾਂ ਨੇ ਵੀ ਗੱਲ ਕੀਤੀ ਭਾਈ ਦੇਖੋ ਅਸੀਂ ਜਦੋਂ ਭਾਈ ਸਾਨੂੰ ਕਹਿੰਦੇ ਭਾਈ ਕੁਛ ਕਰੋ, ਅਸੀਂ ਫਿਰ ਫੁਲਕਾ ਸਾਹਿਬ ਤੋਂ ਐਡਵਾਈਸ ਲਿਆ ਪਹਿਲਾਂ ਲੀਗਲ ਕਾਨੂੰਨੀ ਤੌਰ 'ਤੇ, ਉਹ ਕਹਿੰਦੇ ਮੈਂ ਬਾਹਰ ਜਾ ਰਿਹਾ ਟੂਰ ਆ, ਮੇਰਾ ਬੁੱਕ ਹੋਇਆ ਅਮਰੀਕਾ ਦਾ, ਖਰੇ ਸੀ ਕਨੇਡਾ ਦਾ, ਪਰ ਸਾਡੇ ਜਿਹੜੇ ਵਕੀਲ ਇੱਥੇ ਦਿੱਲੀ ਵਾਲੇ ਬਹੁਤ ਵਧੀਆ ਆ, ਉਹ ਤੁਹਾਡੇ ਨਾਲ ਖੜੇ ਆ ਮੋਢਾ ਜੋੜ ਕੇ। ਉਹ ਫਿਰ ਆਪਣਾ ਸਾਰਾ ਕੰਮ ਛੱਡ ਕੇ ਲਾਸਟ ਮਿੰਟ ਨੋਟਿਸ 'ਤੇ ਗਏ ਉੱਥੇ, ਤਿੰਨ ਚਾਰ ਦਿਨ ਰਹਿ ਕੇ ਆਏ, ਸਾਰੀ ਕਾਰਵਾਈ ਕੀਤੀ। ਸੋ ਅਸੀਂ ਕੋਈ ਡੋਨੇਸ਼ਨ ਨਹੀਂ ਮੰਗਦੇ ਖਾਲਸਾ ਵੱਲੋਂ, ਨਾ ਸ਼ਿਲੌਂਗ ਲਈ ਅਸੀਂ ਮੰਗਿਆ, ਕਿਉਂਕਿ ਗੱਲ ਇਹ ਹੈਗੀ ਆ ਲੰਮੀ ਚੌੜੀ ਗੱਲ ਆ, ਇਹ ਨਾ ਅੱਜ ਦੀ ਗੱਲ ਆ, ਨਾ ਅਗਲੇ ਹਫ਼ਤੇ, ਨਾ ਅਗਲੇ ਮਹੀਨੇ ਦੀ, ਇਹ ਗੱਲ ਬਹੁਤ ਲੰਮੀ ਗੱਲ ਆ। ਇਹਦਾ ਜਿਹੜਾ ਕੇਸ ਆ, ਜਿਹੜਾ ਮੁਕੱਦਮਾ ਹੋਊਗਾ ਜਾਂ ਕੋਈ ਹੋਰ ਹੋਊਗਾ ਜਾਂ ਇਹਨਾਂ ਦੇ ਪੇਪਰ ਭਰਨੇ ਹੋਊਗੇ ਕਾਨੂੰਨੀ, ਤੁਹਾਨੂੰ ਪਤਾ ਭਈ ਪੰਜਾਬ ਦੇ ਵਿੱਚ ਤੁਹਾਡਾ ਜੇ ਘਰ ਕਿਸੇ ਨੇ ਉੱਥੇ ਕਬਜ਼ੇ 'ਚ ਲੈ ਲਿਆ ਤਾਂ ਕਿੰਨਾ ਸਾਰੀ 30-35 ਸਾਲ ਲੱਗਦੇ, ਬੰਦੇ ਮਰ ਜਾਂਦੇ, ਕੇਸ ਨਹੀਂ ਮੁੱਕਦੇ। ਸੋ ਇਹ ਜਿਹੜਾ ਕੇਸ, ਇਹ ਸਾਰਾ ਵੱਡਾ, ਬਹੁਤ ਵੱਡਾ ਕੇਸ ਆ। ਇਹਦੇ ਜਿਹੜੀ ਇਹਨਾਂ ਦੀ ਜਿਹੜੀ ਗੱਲ ਆ, ਜਿਹੜੀ ਸ਼ਿਲੌਂਗ ਸਿੱਖ ਜਿਹੜੇ ਆ ਭਈ ਕਹਿੰਦੇ ਭਈ ਸਾਨੂੰ ਸਾਡੀ ਜ਼ਮੀਨ ਆ, ਉਹ ਕਹਿੰਦੇ ਨਹੀਂ ਜੀ ਜ਼ਮੀਨ ਤੁਹਾਨੂੰ ਰੀਲੋਕੇਟ ਕਰਾਂਗੇ। ਇਹਦੇ ਵਿੱਚ ਕਾਨੂੰਨੀ ਤੌਰ 'ਤੇ ਬਹੁਤ ਹੀ ਜਿੱਦਾਂ ਸੋਚ ਸਮਝ ਕੇ ਅਸੀਂ ਕਦਮ ਚੱਕਦੇ, ਹੋਰ ਕੁਛ ਨਹੀਂ ਕਰ ਸਕਦੇ। ਹਾਂ, ਕਈ ਸੰਗਤ ਨੂੰ ਦੁੱਖ ਆ, ਉਹ ਸੰਗਤ ਮੈਨੂੰ ਮੈਸੇਜ ਭੇਜਦੀ ਆ, ਅਮਰਪ੍ਰੀਤ ਸਿੰਘ ਨੂੰ ਮੈਸੇਜ ਭੇਜ ਕੁਛ ਕਰੋ, ਅਸੀਂ ਹਾਂ ਅਸੀਂ ਕਰ ਸਕਦੇ, ਕਾਨੂੰਨੀ ਤੌਰ 'ਤੇ ਕਰ ਸਕਦੇ, ਹੋਰ ਨਹੀਂ ਕੁਛ, ਕਿਉਂਕਿ ਤੁਹਾਨੂੰ ਪਤਾ ਉੱਥੇ ਸਾਡੇ ਨਾਲ ਕਿੰਨਾ ਧੱਕੇ ਵਿੱਚ ਸਿੱਖਾਂ ਨਾਲ ਹੋਈ ਆ। ਵੀ ਸਾਡੇ ਹੁਣ ਜਿਹੜੇ ਲੀਡਰ ਆ, ਅਸੀਂ ਉਹੀ ਬੇਨਤੀ ਕਰਦੇ ਹਾਂ, ਜੇ ਅਸੀਂ ਕੁਛ ਵੀ ਕਾਨੂੰਨੀ ਤੌਰ 'ਤੇ ਚੱਕਿਆ ਜਾਂ ਚੱਕਣ ਲੱਗੇ ਹਾਂ, ਵੀ ਸਾਨੂੰ ਸਾਥ ਦੇਵੋ, ਵਿੱਚ ਕਿਸੇ ਨੂੰ ਲੱਤਾਂ ਵਾਣ ਦੀ ਲੋੜ ਨਹੀਂ ਇਹਦੇ ਵਿੱਚ। ਪਰ ਇਹ ਗੱਲ ਇਹ ਹੀ ਆ ਵੀ ਦੁੱਖ ਸਾਰਿਆਂ ਨੂੰ, ਇਹ ਵੀ ਸਾਨੂੰ ਡਰ ਆ
ਵੀ ਚੁਰਾਸੀ ਉੱਪਰ ਸਾਡੇ ਉੱਪਰ ਜੋ ਹੋਇਆ, ਸਾਡੇ ਸਪੈਸ਼ਲੀ ਸਿੱਖਾਂ ਉੱਪਰ ਹੋਇਆ, ਇਹ ਕਦੀ ਵੀ ਮੁੜ ਕੇ ਹੋ ਸਕਦਾ। ਅੱਜ ਕੱਲ੍ਹ ਜਿਹੜੇ ਹੁਣ ਆ ਜਿਹੜੇ ਉੱਥੇ ਪੋਲਸੀ ਆ ਸ਼ਿਲੋਂਗ ਦੇ ਜਿਹੜੀ ਐਡਮਿਨਿਸਟ੍ਰੇਸ਼ਨ, ਸਾਨੂੰ ਇਹੀ ਉਹਦੀ ਰਿਕੁਐਸਟ ਆ ਵੀ ਸਾਨੂੰ ਫੁੱਲ ਸਾਡੇ ਉਹ ਸਿੱਖਾਂ ਜਿਹੜੇ ਗਰੀਬ ਸਿੱਖ ਆ ਉਹਨਾਂ ਦੀ ਫੁੱਲ ਪ੍ਰੋਟੈਕਸ਼ਨ ਚਾਹੀਦੀ ਆ। ਹੁਣ ਬਹੁਤ ਵਧੀਆ ਵੀ ਪੰਜਾਬ ਗੌਰਮੈਂਟ ਵੀ ਇਹ ਰੈਪ੍ਰਜੈਂਟੇਸ਼ਨ ਕਰ ਰਹੀ, ਉਹ ਦਿੱਲੀ ਵਾਲੇ ਕਰ ਰਹੇ। ਸੋ ਸਾਰਿਆਂ ਨੂੰ ਸੋਚ ਸਮਝ ਕੇ ਕਦਮ ਚੱਕਣਾ ਪੈਣਾ, ਇਹ ਨਹੀਂ ਵੀ ਪੋਸਟ ਘੜੀ ਘੜੀ ਪਾਈ ਜਾਣੇ ਜਾਂ ਕੁਛ ਹੋਰ ਕਰੀਏ। ਸੋ ਗੱਲ ਇੱਥੇ ਰਹਿਣੀ, ਕਾਨੂੰਨੀ ਤੌਰ 'ਤੇ ਗੱਲ ਹੀ ਰੱਖਣੀ, ਕਾਨੂੰਨੀ ਤੌਰ 'ਤੇ। ਸੋ ਕਾਨੂੰਨੀ ਤੌਰ ਤੋਂ ਬਗੈਰ ਅਸੀਂ ਇਹ ਗੱਲ ਕੁਛ ਕਰ ਨਹੀਂ ਸਕਦੇ। ਸੋ ਅਸੀਂ ਆਪਣੇ ਵੱਲੋਂ ਭਾਈ ਗੁਰਜੀਤ ਸਿੰਘ ਜਿਹੜੇ ਉੱਥੇ ਦੇ ਮੁਖੀ ਆ ਸ਼ਿਲੋਂਗ ਦੇ, ਉਹ 2-3 ਹਫ਼ਤੇ ਨਾਲ ਅਸੀਂ ਉਹਨਾਂ ਦਾ ਬਿਲਕੁਲ ਸਾਥ ਦੇ ਰਹੇ ਹਾਂ। ਅਤੇ ਉਹ ਕਹਿੰਦੇ, ਉਹਨੇ ਆਪ ਕਿਹਾ ਸਾਨੂੰ ਕੋਈ ਉਸ ਵੇਲੇ ਲੰਗਰ ਦੀ ਲੋੜ ਨਹੀਂ ਗੀ ਅਤੇ ਹੋਰ ਕੁਛ ਲੋੜ ਨਹੀਂ, ਸਾਨੂੰ ਲੋੜ ਆ ਭਈ ਸਾਡੀ ਜਿਹਦਾ ਭਈ ਰੱਖਿਆ ਹੋਵੇ, ਭਈ ਸਾਡੀ ਕਾਨੂੰਨੀ ਤੌਰ 'ਤੇ ਸਾਡੀ ਜਿਹੜੀ ਗੱਲ ਆ ਕੋਈ ਮੰਨੇ, ਕੋਈ ਸਾਨੂੰ ਕਾਨੂੰਨੀ ਤੌਰ 'ਤੇ ਸਾਡੀ ਕੋਈ ਮਦਦ ਹੋਵੇ, ਉਹ ਮਦਦ ਉਹਨਾਂ ਨੂੰ ਹੋ ਰਹੀ ਆ ਅਤੇ ਤੁਹਾਨੂੰ ਅਸੀਂ ਅਪਡੇਟ ਦੇ ਦੇਵਾਂਗੇ ਐਵਰੀ 2-3 ਡੇਜ਼। ਪਰ ਜਿੱਦਾਂ ਜੇ ਗੱਲ ਹੁਣ ਜ਼ਿਆਦਾ ਵਧੀ ਜਾਂਦੀ ਆ, ਜੇ ਵੱਧ ਗਈ ਆ ਅਤੇ ਉੱਥੇ ਫਿਰ ਜ਼ਿਆਦਾ ਸੀਰੀਅਸ ਗੱਲ ਹੋ ਰਹੀ ਆ, ਅਸੀਂ ਇਹੀ ਕਹਿ ਸਕਦੇ ਹਾਂ ਆਪਣੀ ਜਿਹੜੇ ਸਾਡੇ ਸਿੱਖ MPs ਆ ਜਾਂ ਰੈਪ੍ਰਜੈਂਟੇਟਿਵ ਆ ਇੰਡੀਆ ਵਿੱਚ, ਜਾਂ ਕੋਈ ਵੀ ਤੁਹਾਡੇ ਲੋਕਲ MP ਇੰਡੀਆ ਵਿੱਚ ਆ ਜਿੱਥੇ ਤੁਸੀਂ ਰਹਿੰਦੇ ਆ, ਪੰਜਾਬ ਹੋਵੇ ਦਿੱਲੀ ਹੋਵੇ, ਉਹਦੇ 'ਤੇ ਵੀ ਤੁਸੀਂ ਬਸ ਇਹ ਪ੍ਰੈਸ਼ਰ ਪਾ ਸਕਦੇ ਵੀ ਦੇਖੋ ਆਹ ਗੱਲ ਵਧੀ ਜਾਂਦੀ ਆ ਅਤੇ ਅਸੀਂ 84 ਨਾ ਹੋਵੇ ਰਿਪੀਟ ਹੋਵੇ ਅਤੇ ਸਾਡੇ ਸਿੱਖਾਂ ਨੂੰ ਉੱਥੇ ਇਹ ਬਿਲਕੁਲ ਪ੍ਰੋਟੈਕਸ਼ਨ ਚਾਹੀਦੀ ਆ। ਪਰ ਬਾਹਰੋਂ ਜਿੱਦਾਂ ਭਾਈ ਸ਼ਿਲੋਂਗ ਦੀ ਜਿਹੜੀ ਪੁਲਿਸ ਆ ਇਸ ਵੇਲੇ ਜਾਂ ਗੌਰਮੈਂਟ ਆ, ਉਹਨਾਂ ਨੂੰ ਵੀ ਜਿੱਦਾਂ ਭਾਈ ਸਾਡੀ ਜਿਹੜੀ ਰੈਪ੍ਰਜੈਂਟੇਟਿਵ ਆ ਇਹ ਕੌਮ ਦੇ ਰੈਪ੍ਰਜੈਂਟੇਟਿਵ ਚਿੱਠੀਆਂ ਪਾਉਣ, ਭਾਈ ਕੁਛ ਹੋਣਾ ਹੀ ਚਾਹੀਦਾ ਸਾਨੂੰ ਬਿਲਕੁਲ, ਜਦ ਤੱਕ ਇਹ ਲੀਗਲੀ ਤੌਰ 'ਤੇ ਗੱਲ ਚੱਲਦੀ ਨਹੀਂ ਕਿਤੇ ਪਾਸੇ, ਅਤੇ ਸਿੱਖਾਂ ਦੀ ਪ੍ਰੋਟੈਕਸ਼ਨ ਚਾਹੀਦੀ ਆ। ਪਰ ਅਸੀਂ ਖਾਲਸਾ ਸਾਹਿਬ ਵੱਲੋਂ ਅਸੀਂ ਇੱਕ ਵੱਖਰਾ ਅਲੱਗ ਬਈ ਇਹ ਕਦਮ ਚੱਕਿਆ ਜਿਹੜਾ ਅਸੀਂ ਕਾਨੂੰਨੀ ਤੌਰ ਦਾ ਕਰ ਰਹੇ ਹਾਂ, ਉਹ ਪਹਿਲਾਂ ਅਸੀਂ ਪਹਿਲੀ ਵਾਰੀ ਕੀਤਾ ਇਹ, ਉਹ ਵੀ ਕਿਉਂਕਿ ਸਾਨੂੰ ਪਤਾ ਉੱਥੇ ਜਿਹੜੇ ਸਿੱਖ ਜਿਹੜੇ ਸ਼ਿਲੋਂਗ ਦੇ ਵਿੱਚ ਆ ਉਹ ਕੋਈ ਲੌਂਗ ਟਰਮ ਸਲਿਊਸ਼ਨ, ਲੰਮੇ ਤੌਰ 'ਤੇ ਕੋਈ ਸਲਿਊਸ਼ਨ ਲੱਭਦੇ, ਕੋਈ ਟੈਂਪਰੇਰੀ ਸਲਿਊਸ਼ਨ ਨਹੀਂ ਲੱਭਦੇ। ਸੋ ਗੱਲ ਬੜੀ ਲੰਮੀ ਚੌੜੀ ਆ, ਗੱਲ ਵੀ ਬੜੇ ਦੁੱਖਾਂ ਵਾਲੀ ਗੱਲ ਆ, ਪਰ ਸਾਡੇ ਵਿੱਚ ਇਹੀ ਆ ਵੀ ਜਿਹੜੇ ਸਾਡੇ ਹੁਣ ਵਕੀਲ ਆ ਉਹ ਬਿਲਕੁਲ ਸਾਰੀ ਫੁੱਲ ਆਪਣਾ ਅਟੈਨਸ਼ਨ ਦੇ ਰਹੇ ਆ, ਅਟੈਨਸ਼ਨ ਭਾਈ ਆ ਗੁਰਜੀਤ ਸਿੰਘ ਹੁਣਾਂ ਨੂੰ ਸ਼ਿਲੋਂਗ ਤੋਂ। ਪਰ ਇਹ ਅਸੀਂ ਫਿਰ ਦੇਖੀਏ ਵੀ ਜੇ ਕੁਛ ਬਣ ਗਿਆ ਆਪਣੇ ਵੱਲੋਂ ਤੁਹਾਨੂੰ ਅਸੀਂ ਅਨਾਊਂਸ ਕਰ ਦੇਵਾਂਗੇ। ਪਰ ਇਹ ਗੱਲ ਬਿਲਕੁਲ ਉੱਥੇ ਆ ਜਾਂਦੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਕੇਸ ਜਾਂ ਇੰਡੀਆ ਵਿੱਚ ਲੀਗਲ ਕੇਸ ਕਿੰਨੀ 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 ਚਿਰ ਕਿੰਨੀ ਦੇਰ ਤੱਕ ਜਾਈ ਜਾਂਦੇ ਆ। ਸੋ ਪਲੀਜ਼ ਤੁਸੀਂ ਬਿਲਕੁਲ ਆਪਣੀ ਦੇਖਿਓ ਕਿ ਕਈ ਵੀ ਖਬਰਾਂ ਫੈਲ ਰਹੀਆਂ ਜਿਹੜੀਆਂ ਕਈ ਫੇਕ ਨਿਊਜ਼ ਵੀ ਆ, ਉਹ 'ਤੇ ਵੀ ਅਸੀਂ ਦੇਖ ਕੇ ਬੜਾ ਵੀ ਇੱਕਦਮ ਗਰਮ ਹੋ ਜਾਂਦੇ ਹਾਂ ਭਈ ਆਹ ਹੋ ਗਿਆ, ਪਰ ਕਈ ਵਾਰ ਉਹ ਗੱਲ ਹੁੰਦੀ ਨਹੀਂ ਗੀ। ਗੱਲ ਸਾਨੂੰ ਮੈਨੂੰ ਮੈਸੇਜ ਸਵੇਰੇ ਆ ਗਏ ਸੀਗੇ ਭਾਈ ਗੁਰਜੀਤ ਸਿੰਘ ਦੇ, ਉੱਥੇ ਮੁਜ਼ਾਹਰਾ ਹੋ ਰਿਹਾ ਸੀਗਾ ਬਹੁਤ ਸ਼ਾਂਤੀ ਨਾਲ, ਸਾਡੀ ਜਿਹੜੀਆਂ ਉੱਥੇ ਸਿੱਖ ਵੂਮੈਨ ਆ ਸਿੱਖ ਔਰਤਾਂ ਉਹਨਾਂ ਨੇ ਸ਼ਾਂਤ ਮਾਈ 'ਤੇ ਬਹੁਤ ਨਾਈਸ ਆਪਣਾ ਉੱਥੇ ਪ੍ਰੋਟੈਸਟ ਲਾਇਆ ਸੀਗਾ। ਉੱਥੇ ਕੋਈ ਉਹਨਾਂ ਦਾ ਸਰਵੇ ਚੱਲ ਰਿਹਾ ਸੀਗਾ ਜਿਹੜਾ ਸਾਨੂੰ ਪਤਾ ਸਰਵੇ ਚੱਲਣਾ ਆ ਗੌਰਮੈਂਟ ਵੱਲੋਂ, ਉਹਨਾਂ ਦੀ ਗੌਰਮੈਂਟ ਵੱਲੋਂ ਸ਼ਿਲੋਂਗ ਦੇ ਵੱਲੋਂ, ਉਹ ਕੋਈ ਅਨਐਕਸਪੈਕਟਡ ਨਹੀਂ ਸੀਗਾ ਅਤੇ ਉਹਨਾਂ ਨੂੰ ਡਰ ਆ ਵੀ ਉਹਨਾਂ ਨੂੰ ਇੱਕਦਮ ਮੂਵ ਕਰ ਦੇਣਾ, ਵਿੱਚ ਅਸੀਂ ਬਿਲਕੁਲ ਫੁੱਲੀ ਅੰਡਰਸਟੈਂਡ ਕਰਦੇ ਹਾਂ। ਪਰ ਇਹ ਬਹੁਤ ਹੀ ਜਿੱਦਾਂ ਡਿਫੀਕਲਟ ਸਮਾਂ, ਜੇ ਕਹਿ ਲਓ ਭਈ ਉੱਥੇ ਕੋਈ ਏਡ ਦੀ ਲੋੜ ਆ, ਖਾਣ ਪੀਣ ਦੀ ਲੋੜ ਆ, ਦਵਾਈਆਂ ਦੀ ਲੋੜ ਆ, ਉਹ ਤਾਂ ਅਸੀਂ ਇੱਕਦਮ ਤੁਹਾਨੂੰ ਪਤਾ ਟਰੱਕ ਭਰ ਭਰ ਕੇ ਛੱਡ ਦਿੰਦੇ। ਪਰ ਇਹ ਸੋਚ ਸਮਝਣ ਵਾਲੀ ਗੱਲ ਆ ਅਤੇ ਅਸੀਂ ਇਹ ਚੀਜ਼ ਪਰਸਨਲੀ ਮੈਂ ਵੀ ਇਹ ਕਾਫੀ ਮੋਨੀਟਰ ਕਰ ਰਿਹਾ ਚੀਜ਼, ਪਰ ਉੱਥੇ ਮੈਨੂੰ ਕੋਈ ਭਰੋਸਾ ਨਹੀਂ ਗਾ ਭਈ ਕੋਈ ਚੀਜ਼ ਇੱਕਦਮ ਬਦਲ ਨਹੀਂ ਸਕਦੀ ਇੰਡੀਆ ਵਿੱਚ, ਕਿਉਂਕਿ ਸਾਨੂੰ ਪਹਿਲਾਂ ਪਤਾ ਕਿੰਨਾ ਕੁਛ ਸਾਡੇ ਉੱਪਰ ਹੋਇਆ ਅਤੇ ਉਹ ਵੀ ਇੱਕਦਮ ਹੀ ਹੋਇਆ ਸੀ। ਸੋ ਆਪਣੀ ਅਰਦਾਸਾਂ 'ਚ ਰੱਖੋ ਅਤੇ ਜਿਹੜੇ ਆਪਣੇ ਆਗੂ ਆ ਆਪਣੇ ਲੀਡਰਸ਼ਿਪ ਆ ਉਹਨੂੰ ਪ੍ਰੈਸ਼ਰ ਪਾਈ ਜਾਓ ਭਈ ਤੁਸੀਂ ਸ਼ਿਲੋਂਗ ਦੀ ਪੁਲਿਸ ਨੂੰ, ਸ਼ਿਲੋਂਗ ਦੇ ਗਵਰਨਰ ਨੂੰ, ਏਰੀਆ ਨੂੰ, ਸਾਰੇ ਡਿਸਟ੍ਰਿਕਟ ਏਰੀਆ ਜਿਹੜਾ ਭਈ ਇੰਚਾਰਜ, ਚਿੱਠੀਆਂ ਪਾਈ ਜਾਓ, ਈਮੇਲ ਪਾਈ ਜਾਓ, ਫੋਨ 'ਤੇ ਗੱਲ ਕਰੀ ਜਾਓ ਭਈ ਹਾਂ ਠੀਕ ਹੈ ਜੋ ਇਸ਼ੂ ਹੈਗੇ ਇਸ਼ੂ ਉਹ ਕੋਰਟ ਜਾ ਕੇ ਅਸੀਂ ਜਾ ਕੇ ਲੜਾਂਗੇ, ਪਰ ਜੇ ਕੁਝ ਹੋਰ ਹੋਇਆ ਉਹਦੀ ਜ਼ਿੰਮੇਵਾਰੀ ਆ ਇਹ ਜਿਹੜੇ ਭਈ ਸਿੱਖ ਉੱਥੇ ਆ। ਸੋ ਉਹ ਤੋਂ ਬਗੈਰ ਅਸੀਂ ਕੁਛ ਕਰ ਨਹੀਂ ਸਕਦੇ। ਪਰ ਸੰਗਤ ਦਾ ਬਹੁਤ ਧੰਨਵਾਦ, ਸੰਗਤ ਵੀ ਬਹੁਤ ਸਿਆਣੀ ਆ, ਸੰਗਤ ਨੂੰ ਵੀ ਪਤਾ ਭਈ ਕੀ ਹੋ ਰਿਹਾ ਆ, ਪਰ ਅਸੀਂ ਕੋਈ ਅਪੀਲ ਨਹੀਂ ਕੀਤੀ ਖਾਲਸਾ ਸਾਈਡ ਨੇ, ਕੋਈ ਪਹਿਲਾਂ ਵੀ ਨਹੀਂ ਕੀਤੀ ਹੁਣ ਵੀ ਨਹੀਂ ਕੀਤੀ ਸ਼ਿਲੋਂਗ ਦੀ, ਨਾ ਸਾਡਾ ਕੋਈ ਪਲੈਨ ਆ ਹਾਲ ਤੱਕ ਕੋਈ ਅਪੀਲ ਕਰਨ ਦਾ। ਜੇ ਅਸੀਂ ਅਪੀਲ ਕਰਾਂਗੇ ਉਹ ਤੁਹਾਨੂੰ ਅਸੀਂ ਪਹਿਲਾਂ ਦੱਸਾਂਗੇ। ਸੋ ਤੁਹਾਡਾ ਬਹੁਤ ਤੁਹਾਡਾ ਧੰਨਵਾਦ ਅਤੇ ਹਾਂ ਜੋ ਜੇ ਜੇ ਕੋਈ ਸ਼ਿਲੋਂਗ ਤੋਂ ਦੇਖ ਰਿਹਾ ਆ
ਅਤੇ ਮੈਨੂੰ ਤੁਸੀਂ ਇਨਬੋਕਸ ਕਰ ਸਕਦੇ ਹੋ ਫੇਸਬੁੱਕ 'ਤੇ, ਅਤੇ ਉੱਦਾਂ ਨਾ ਕੋਈ ਕਰੀ ਜਾ, ਜੇ ਤੁਸੀਂ ਸ਼ਿਲੋਂਗ ਤੋਂ ਨਹੀਂ ਗਏ ਫੇਰ ਨਾ ਕਰਿਓ ਪਲੀਜ਼, ਸਾਡੀ ਬੇਨਤੀ ਆ, ਕਿਉਂਕਿ ਕਈ ਵਾਰੀ ਡਿਫੀਕਲਟ ਹੁੰਦਾ ਮੈਸੇਜ ਚੱਕਣ ਦਾ। ਜੇ ਕੋਈ ਸ਼ਿਲੋਂਗ ਤੋਂ ਹੈਗਾ ਉਹ ਸਾਨੂੰ ਅਪਡੇਟ ਕਰਨਾ ਚਾਹੁੰਦਾ ਆ, ਤੁਸੀਂ ਉੱਥੇ ਅਪਡੇਟ ਕਰੀ ਜਾਓ, ਮੈਨੂੰ ਇੱਥੇ ਮੈਸੇਜ ਭੇਜ ਸਕਦੇ ਆ। ਪਰ ਇਹ ਸਾਡੀ ਬੇਨਤੀ ਆ, ਸੋਚ ਸਮਝ ਕੇ ਇਹ ਜਿਹੜੀਆਂ ਖਬਰਾਂ ਆ ਰਹੀਆਂ ਤੁਸੀਂ ਇਹ ਐਨਲਾਈਜ਼ ਕਰੋ। ਇਹ ਉਹੀ ਆ ਭਈ ਜਿਹੜੇ ਭਈ 84 ਮਗਰੋਂ ਸਾਨੂੰ ਪਤਾ ਸਾਡੇ ਉੱਪਰ ਕੀ ਹੋਇਆ, ਮੁੜ ਕੇ ਕਦੀ ਵੀ ਹੋ ਸਕਦਾ, ਉਹ ਡਰ ਸਾਨੂੰ ਵੀ ਆ। ਅਸੀਂ ਤਾਂ ਹੀ ਵਿੱਚ ਇਨਵੋਲਵ ਹੋਏ ਹਾਂ, ਅਸੀਂ ਕਦੀ ਲੀਗਲੀ ਤੌਰ 'ਤੇ ਕਾਨੂੰਨੀ ਤੌਰ 'ਤੇ ਕਿੱਦਾਂ ਦੇ ਕੇਸ ਕਦੀ ਇਨਵੋਲਵ ਨਹੀਂ ਹੋਏ, ਉਹ ਵੀ ਸਾਨੂੰ ਦੁੱਖ ਕਰਕੇ ਅਸੀਂ ਇਨਵੋਲਵ ਹੋਏ ਹਾਂ। ਨਹੀਂ ਤਾਂ ਸਾਡਾ ਅਸੀਂ ਕੁਛ ਕਰਨ ਦਾ ਉੱਥੇ ਹੈ ਹੀ ਨਹੀਂ ਸਾਡੇ ਲਈ, ਖਾਲਸਾ ਸਾਈਡ ਲਈ। ਪਰ ਕਿਉਂਕਿ ਉਹ ਬਹੁਤ ਗਰੀਬ ਆ ਅਤੇ ਧੱਕਾਬਾਜ਼ੀ ਹੋ ਰਹੀ ਆ, ਇਹ ਸਾਡਾ ਫਰਜ਼ ਬਣਦਾ ਵੀ ਅਸੀਂ ਕੁਛ ਨਾ ਕੁਛ ਕਾਨੂੰਨੀ ਤੌਰ 'ਤੇ ਆਪਣੀ ਸਲਾਹ ਦੇਈਏ, ਅਤੇ ਨਾ ਅਸੀਂ ਇਹ ਵਾਅਦਾ ਕਰਦੇ, ਪ੍ਰੋਮਿਸ ਕਰਦੇ ਵੀ ਅਸੀਂ ਇਹ ਕੇਸ ਸਦਾ ਲਈ ਫੜਨਾ, ਕਿਉਂਕਿ ਉੱਥੇ ਵੱਡੀਆਂ ਵੱਡੀਆਂ ਸੰਸਥਾ ਹੈਗੀਆਂ ਪੰਜਾਬ ਅਤੇ ਦਿੱਲੀ ਵਿੱਚ, ਜਿਹੜੇ ਨੇ ਇਹ ਕੇਸ ਫੜਨਾ ਚਾਹੀਦਾ, ਉਹ ਅਸੀਂ ਫਿਰ ਲੋਬੀ ਕਰਾਂਗੇ। ਪਹਿਲਾਂ ਜਿਹੜੀ ਗੱਲ ਆ ਉਹਨੂੰ ਜਿਹੜੀ ਸੇਫਟੀ ਪ੍ਰੋਟੈਕਸ਼ਨ ਦੇਣੀ ਆ, ਉਹ ਮਾੜੀ ਜਿਹੀ ਅਸੀਂ ਦੇਖ ਰਹੇ ਹਾਂ ਭਈ ਕਿਹੜੇ ਕਿਹੜੇ ਐਂਕਲ ਤੋਂ ਕਰ ਸਕਦੇ। ਸੋ ਤੁਹਾਡਾ ਬਹੁਤ ਧੰਨਵਾਦ, ਅਤੇ ਬਸ ਉਹੀ ਮੈਂ ਕਹਿੰਦਾ, ਮੈਂ ਪਹਿਲਾਂ ਵੀ ਕਹਿੰਦਾ ਹੁਣ ਵੀ ਕਹਿੰਦਾ, ਆਪਣਾ ਇਤਿਹਾਸ ਪੜ੍ਹੋ, ਆਪਣੀ ਹਿਸਟਰੀ ਪੜ੍ਹੋ, ਵੀ ਜੇ ਤੁਸੀਂ ਤੁਹਾਨੂੰ ਇਹ ਕੌਮ ਦਾ ਦੁੱਖ ਆ ਅਤੇ ਇੱਕ ਇਕੱਠ ਬਣੋ। ਘੜੀ ਘੜੀ ਉਹੀ ਗੱਲਾਂ ਆਉਣੀਆਂ, ਕੋਈ ਉਹਨਾਂ ਲੜਦਾ, ਕੋਈ ਉਹ ਬਾਬਾ ਉਹਨਾਂ ਬਾਬਾ ਲੜੀ ਜਾਂਦਾ, ਉਹ ਬਸ ਇੱਕ ਦੂਜੇ ਦੇ ਬਾਬੇ ਦੀਆਂ ਲੜਾਈਆਂ ਇੱਕ ਦੂਜੇ ਨਾਲ ਹੀ ਆਈ ਜਾਂਦੀਆਂ ਫੇਸਬੁੱਕ 'ਤੇ, ਉੱਧਰ ਸਤਿਆਨਾਸ਼ ਹੋ ਰਿਹਾ ਆ, ਉਹ ਬਸ ਆਪਣੇ ਜਥੇ ਦੀਆਂ ਲੜਾਈਆਂ ਕਰੀ ਜਾਂਦੇ ਦੋਨੇ, ਇੱਕ ਪਾਸੇ ਹਰਨਾਮ ਸਿੰਘ ਧੂਮਾ, ਦੂਜੇ ਪਾਸੇ ਢੱਡੀਆਂ ਵਾਲੇ ਬਾਬੇ, ਬਸ ਲੜੀ ਜਾਂਦੇ ਇੱਕ ਦੂਜੇ ਨਾਲ, ਝਗੜੇ ਉਹਨਾਂ ਦੇ ਜਿਹੜੇ ਫੋਲੋਅਰ ਵੀ ਆ। ਇਹ ਗਲਤ ਆ, ਇਸ ਵੇਲੇ ਸਾਨੂੰ ਆ ਜਿਹੜਾ ਸ਼ਿਲੋਂਗ ਦੇ ਸਿੱਖ ਆ, ਪ੍ਰਾਇਓਰਟੀ ਬਣਾਵੋ, ਇੱਥੇ ਐਨਜੀ ਕੱਢ ਲਓ ਥੋੜ੍ਹੀ ਜਿਹੀ, ਅਤੇ ਮਗਰੋਂ ਜਿੰਨੇ ਮਰਜ਼ੀ ਲੜੀ ਜਾਓ, ਕਿਉਂਕਿ ਇਹਦੇ ਵਿੱਚ ਸਾਡੇ ਝਗੜੇ ਕਦੀ ਮੁੱਕੇ ਨਹੀਂ ਗਏ। ਮਿਸਲਾਂ ਤੋਂ ਵੀ ਅਸੀਂ ਤਾਂ ਵੀ ਤਾਂ ਵੇਖ ਲਓ ਲੜੀ ਜਾਂਦੇ ਸੀਗੇ, ਅਸੀਂ ਲੜੀ ਜਾਣਾ ਹਿਸਟੋਰੀਕਲੀ। ਪਰ ਆ ਜਿਹੜਾ ਸ਼ਿਲੋਂਗ ਦਾ ਕੇਸ ਆ, ਜੇ ਸਾਨੂੰ ਨਹੀਂ ਫੋਲੋ ਕਰਨਾ ਭਈ, ਖਾਲਸਾ ਨਹੀਂ ਚੰਗਾ ਕਰਦੀ, ਤੁਸੀਂ ਆਪੇ ਕਰ ਲਓ। ਪਰ ਇਸੇ ਸਾਡਾ ਫੋਕਸ ਤੁਸੀਂ ਆਪਣੇ ਉਹ ਗਰੀਬ ਸਿੱਖਾਂ 'ਤੇ ਦੇਵੋ, ਜਿਹੜੇ ਇਸ ਵੇਲੇ ਸ਼ਿਲੋਂਗ ਦੇ ਵਿੱਚ ਬਹੁਤ ਡਰ ਦੇ ਵਿੱਚ, ਬਹੁਤ ਬਹੁਤ ਡਿਫੀਕਲਟ ਅਤੇ ਤਾਂ 'ਚ ਬਹੁਤ ਔਖਾ ਸਮਾਂ ਕੱਢ ਰਹੇ ਆ। ਸੋ ਤੁਹਾਡਾ ਬਹੁਤ ਧੰਨਵਾਦ, ਅਤੇ ਤੁਹਾਨੂੰ ਮੈਂ ਜੇ ਕੋਈ ਅਪਡੇਟ ਆ ਗਈ ਮੈਂ ਕਰ ਦੂੰਗਾ, ਪਰ ਪਲੀਜ਼ ਜਿਹੜੇ ਫੇਕ ਨਿਊਜ਼ ਨੂੰ ਬਚ ਕੇ ਰਹੋ। ਵਾਹਿਗੁਰੂ ਜੀ ਕਾ।